ਕੰਧਾਂ ਤੇ ਟੰਗੀ ਹੋਈ ਵਰਦੀ, ਕਮਰੇ 'ਚ ਪਿਆ ਸਰਕਾਰੀ ਰਿਕਾਰਡ ਤੇ ਸਮਾਨ, ਇੱਕ ਨਜ਼ਰ ਵੇਖਣ ਨੂੰ ਇਹ ਤੁਹਾਨੂੰ ਪੁਲਿਸ ਚੌਂਕੀ ਦਾ ਭੁਲੇਖਾ ਪਾਵੇਗੀ, ਪਰ ਇੱਕ ਨਜ਼ਰ ਇਸ ਬਿਲਡਿੰਗ ਦੇ ਬਾਹਰ ਤੇ ਮਾਰ ਲੈਂਦੇ ਹਾਂ। ਜੀ ਹਾਂ, ਇਹ ਪਠਾਨਕੋਟ ਦਾ ਸਰਕਾਰੀ ਹਾਈ ਸਕੂਲ ਹੈ ਜਿਸ ਵਿੱਚ ਪੁਲਿਸ ਨੇ ਆਪਣੀ ਚੌਂਕੀ ਬਣਾ ਰੱਖੀ ਹੈ। ਦਰਅਸਲ ਇਸ ਸਕੂਲ ਦੇ ਕਮਰਿਆਂ 'ਤੇ ਪੰਜਾਬ ਪੁਲਿਸ ਦੇ ਕਈ ਸਾਲਾਂ ਤੋਂ ਕਬਜ਼ਾ ਕਰ ਰੱਖਿਆ, ਜਦਕਿ ਸਕੂਲ ਦੇ ਕਮਰੇ ਬੱਚਿਆਂ ਲਈ ਵੀ ਘੱਟ ਪੈ ਰਹੇ ਨੇ, ਇਹ ਕਹਿਣਾ ਹੈ ਸਕੂਲ ਪ੍ਰਬੰਧਨ ਦਾ। ਦਰਅਸਲ ਗੁਰਦਾਸਪੁਰ ਅਤੇ ਪਠਾਨਕੋਟ ਤੋਂ ਸਾਂਸਦ ਵਿਨੋਦ ਖੰਨਾ ਇਸ ਜਗ੍ਹਾ ਤੋਂ ਚੋਣਾਂ ਹਾਰੇ ਸਨ ਅਤੇ ਉਸ ਵਕਤ ਦਾ ਸਾਰਾ ਰਿਕਾਰਡ ਇਹਨਾਂ ਕਮਰਿਆਂ 'ਚ ਰੱਖਿਆ ਹੋਇਆ। ਉਸੇ ਰਿਕਾਰਡ ਦੀ ਨਿਗਰਾਨੀ ਕਰਨ ਲਈ ਇੱਥੇ ਪੁਲਿਸ ਦੀ ਡਿਊਟੀ ਵੀ ਸਰਕਾਰ ਵੱਲੋਂ ਹੀ ਲਗਾਈ ਗਈ ਹੈ, ਪਰ ਵਿਨੋਦ ਖੰਨਾ ਜੀ ਦੇ ਦੇਹਾਂਤ ਹੋਣ ਤੋਂ ਬਾਅਦ ਵੀ ਹਾਲੇ ਤੱਕ ਪੁਲਿਸ ਇੱਥੇ ਹੀ ਰਹਿੰਦੀ ਹੈ ਅਤੇ ਰਿਕਾਰਡ ਵੀ ਇੱਥੇ ਹੀ ਪਿਆ। ਮੈਂ ਜਗਿੰਦਰਪਾਲ, ASI ਜ਼ਿੰਦਗੀ ਸਕੂਲ ਪਠਾਨਕੋਟ। ਈਵੀਐਮ ਮਸ਼ੀਨਾਂ ਦੀ ਡਿਊਟੀ ਸਰਕਾਰ ਨੇ ਲਾਈ ਹੈ, ਜਿਹੜੀ ਕਿ ਮੈਨੂੰ ਇੱਕ ਸਾਲ ਹੋਇਆ ਇੱਥੇ ਡਿਊਟੀ ਕਰਦੇ, ਜਿਹੜੀ ਇੱਕ ਰੂਟੀਨ ਨਾਲ ਡਿਊਟੀਆਂ ਬਦਲਦੀਆਂ ਰਹਿੰਦੀਆਂ, ਜੋ ਕਿ ਸਰਕਾਰ ਦਾ ਕਹਿਣ ਅਨੁਸਾਰ ਹੀ ਇਹ ਡਿਊਟੀ ਕਰਦੇ ਹਾਂ। ਜਿਸ ਤਰ੍ਹਾਂ ਦੱਸਿਆ ਕਿ ਵਿਨੋਦ ਖੰਨੇ ਦੇ ਟਾਈਮ ਦਾ ਰਿਕਾਰਡ ਵੀ ਇੱਥੇ ਪਿਆ ਤਕਰੀਬਨ 8-10 ਸਾਲ ਤੋਂ। ਹਾਂਜੀ, ਵਿਨੋਦ ਖੰਨੇ ਦਾ ਅਸੀਂ ਸੁਣਨ 'ਚ ਆਇਆ ਵੀ ਵਿਨੋਦ ਖੰਨੇ ਦਾ ਇੱਥੇ 5-6 ਸਾਲ ਤੋਂ ਰਿਕਾਰਡ ਪਿਆ ਸੀ। ਇਹ ਸਰਕਾਰ ਨੂੰ ਹੀ ਪਤਾ ਹੈ ਕਿ ਕੀ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਪੜ੍ਹਾਈ ਦੇ ਵਿੱਚ ਵਿਘਨ ਨਹੀਂ ਪੈਂਦੀ ਜਿਹੜੇ ਤੁਸੀਂ ਇੱਥੇ ਡਿਊਟੀ ਕਰਦੇ ਹੋ? ਦੇਖੋ ਜੀ, ਅਸੀਂ ਸਰਕਾਰ ਨੇ ਡਿਊਟੀ ਲਾਈ ਹੈ, ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ, ਨਾ ਅਸੀਂ ਕਦੀ ਬੱਚਿਆਂ ਨੂੰ ਡਿਸਟਰਬ ਕੀਤਾ, ਨਾ ਕੋਈ ਗੱਲ ਨਹੀਂ ਬਾਅਦ। ਜਦਕਿ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਸ ਸੰਬੰਧ ਵਿੱਚ ਕਈ ਵਾਰ ਲਿਖਤੀ ਰੂਪ 'ਚ ਦੇ ਚੁੱਕੇ ਨੇ, ਪਰ ਕੋਈ ਵੀ ਧਿਆਨ ਇਸ ਪਾਸੇ ਨਹੀਂ ਦਿੱਤਾ ਜਾ ਰਿਹਾ। ਸਰ, ਇਹ ਮੇਰੇ ਆਉਣ ਸੇ ਪਹਿਲੇ ਦਾ ਰਿਕਾਰਡ, ਕਾਫੀ ਸਾਲੋਂ ਕਾ ਰਿਕਾਰਡ, ਵਿਨੋਦ ਖੰਨਾ ਕੇ ਟਾਈਮ ਕਾ ਰਿਕਾਰਡ ਪੜਾ ਹੁਆ ਹੈ, ਔਰ ਇਸਕੇ ਬਾਰੇ ਮੈਂ ਹਮ DC ਆਫਿਸ ਮੇਂ ਕਈ ਵਾਰ ਲਿਖ ਕੇ ਦੇ ਚੁੱਕੇ ਹਾਂ, ਔਰ ਉਨਕੀ ਤਰਫ ਸੇ ਆਸ਼ਵਾਸਨ ਦਿਆ ਜਾਤਾ ਹੈ ਕਿ ਇਹ ਜਲਦੀ ਉਠਾ ਲਿਆ ਜਾਏਗਾ ਔਰ ਆਪਕੋ ਆਪਕੇ ਕਮਰੇ ਵਾਪਸ ਕਰ ਦਿਏ ਜਾਏਗਾ। ਬੱਚਿਆਂ ਦੀ ਪੜ੍ਹਾਈ ਦੇ ਵਿੱਚ ਡਿਸਟਰਬੈਂਸ ਨਹੀਂ ਹੁੰਦੀ ਜਿਸ ਤਰ੍ਹਾਂ ਇਹਨਾਂ ਨੇ ਰਿਕਾਰਡ ਰੱਖਿਆ, ਜਾਂ ਪੁਲਿਸ ਵਾਲਿਆਂ ਦੀ ਇੱਥੇ ਆਉਣਾ ਜਾਣਾ ਹੈਗਾ? ਸਰ, ਸਕੂਲ ਬੜਾ ਹੈ, ਕਮਰੇ 3 ਬੰਦ ਹੈ, ਨੀਚੇ ਕਮਰੇ ਹਮੇਂ ਜ਼ਰੂਰਤ ਹੈ, ਇਸ ਲਈ ਹਮ ਬਾਰ ਬਾਰ ਇਹ ਲਿਖ ਕੇ ਦੇ ਰਹੇ ਹਾਂ, ਪਰ ਪ੍ਰਸ਼ਾਸਨ ਕੀ ਤਰਫ ਸੇ ਆਸ਼ਵਾਸਨ ਦਿਆ ਗਿਆ ਕਿ ਬਹੁਤ ਜਲਦ ਇਸਕੋ ਖਾਲੀ ਕਰ ਦਿਆ ਜਾਏਗਾ। ਬਹਿਰਹਾਲ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਦਾ ਇਹ ਮਾਮਲਾ ਕਾਫੀ ਪੇਚੀਦਾ ਹੋ ਗਿਆ। ਦੇਖਿਆ ਜਾਵੇ ਤਾਂ ਪੁਲਿਸ ਕਰਮਚਾਰੀ ਸਰਕਾਰੀ ਹੁਕਮ ਬਜਾ ਰਹੇ ਨੇ ਅਤੇ ਸਕੂਲ ਪ੍ਰਸ਼ਾਸਨ ਬੱਚਿਆਂ ਦੀ ਪੜ੍ਹਾਈ ਲਈ ਫਿਕਰਮੰਦ ਹੈ। ਦੇਖਣਾ ਹੋਵੇਗਾ ਇਸ ਮਸਲੇ ਦਾ ਹੱਲ ਕਦੋਂ ਅਤੇ ਕੀ ਨਿਕਲਦਾ। ਪਠਾਨਕੋਟ ਤੋਂ ਗੁਰਪ੍ਰੀਤ ਮਹਿਤਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਚਾਰ ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156508 ਤੇ। ਥੈਂਕ ਯੂ।